ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਿਪੋਰਟਰ ਜਸਬੀਰ ਸਿੰਘ, ਕੈਮਰਾਮੈਨ ਤਰੁਣ ਜੀ ਦੇ ਨਾਲ। ਅਸੀਂ ਇਸ ਵਕਤ ਸਰਪੰਚ ਸਰਦਾਰ ਬਲਜੀਤ ਸਿੰਘ ਜੀ, ਜੋ ਕਿ ਪਿੰਡ ਫੈਜ਼ਲਾਬਾਦ, ਹਲਕਾ ਫਤਿਹਗੜ੍ਹ ਚੂੜੀਆਂ, ਬਲਾਕ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੇ ਨਿਵਾਸ ਸਥਾਨ 'ਤੇ ਬੈਠੇ ਹਾਂ। ਆਓ ਆਪਾਂ ਮਿਲਦੇ ਹਾਂ ਸਰਦਾਰ ਸਰਪੰਚ ਸਿੰਘ ਅਤੇ ਉਹਨਾਂ ਦੀ ਮਦਰ ਹਰਭਜਨ ਕੌਰ ਜੀ ਨੂੰ ਕਿ ਸਰਪੰਚ ਸਾਹਿਬ ਆਪਣੀ ਸਰਪੰਚੀ ਦੇ ਦੌਰਾਨ ਆਪਣੇ ਪਿੰਡ ਵਾਸੀਆਂ ਅਤੇ ਮੰਤਰੀ ਸਾਹਿਬ ਦਾ ਕਿਵੇਂ ਧੰਨਵਾਦ ਕਰਦੇ ਆ, ਅਤੇ ਜੋ ਉਹਨਾਂ ਨੂੰ ਮਾਣ ਦਿੱਤਾ ਉਹਦੇ ਵਾਸਤੇ ਕਿੰਨਾ ਉਹ ਆਪਣੇ ਮੰਤਰੀ ਸਾਹਿਬ 'ਤੇ ਖੁਸ਼ ਆ ਅਤੇ ਪਿੰਡ ਵਾਸੀਆਂ 'ਤੇ ਖੁਸ਼ ਆ। ਆਓ ਮਿਲਦੇ ਸਰਦਾਰ ਬਲਜੀਤ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਜੀਤ ਸਿੰਘ, ਸਰਪੰਚ ਪਿੰਡ ਫਜ਼ਲਾਬਾਦ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਹਲਕਾ ਫਤਿਹਗੜ੍ਹ ਚੂੜੀਆਂ। ਮੈਂ ਜੀ ਧੰਨਵਾਦੀ ਹਾਂ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ, ਜਿਨ੍ਹਾਂ ਨੇ ਮੈਨੂੰ ਸਰਪੰਚੀ ਦਾ ਕਰਨ ਦਾ ਮੌਕਾ ਦਿੱਤਾ, ਅਤੇ ਨਾਲ ਹੀ ਮੈਂ ਪਿੰਡ ਫਜ਼ਲਾਬਾਦ ਦੀ ਸੰਗਤ ਦਾ ਧੰਨਵਾਦੀ ਹਾਂ। ਅਤੇ ਬਾਕੀ ਪੱਤਰਕਾਰ ਵੀਰ ਮੇਰੇ ਆਏ, ਇਹਨਾਂ ਵੇਖ ਲਿਆ ਮੇਰੇ ਪਿੰਡ ਦਾ ਵਿਕਾਸ, ਅਤੇ ਮੈਂ ਮਨ ਦੀ ਰੀਝ ਹੀ, ਅਤੇ ਮੈਂ 70% ਕੰਮ ਪਿੰਡ ਦਾ ਕਰ ਚੁੱਕਾ ਹਾਂ, ਅਤੇ ਬਾਕੀ ਜੋ ਵੀ ਬਾਦਸ਼ਾਹ ਸਾਹਿਬ ਮੈਨੂੰ ਹੁਕਮ ਦੇਣਗੇ, ਡਿਊਟੀ ਲਾਉਣਗੇ, ਉਹਦੇ ਹਿਸਾਬ ਨਾਲ ਫਿਰ ਅੱਗੇ ਵੀ ਉਹ ਕੰਮ ਸ਼ੁਰੂ ਕਰਾਵਾਂਗੇ। ਅਤੇ ਸਰਪੰਚ ਸਾਹਿਬ, ਜਦੋਂ ਤੁਸੀਂ ਆਪਣੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਸਰਪੰਚ ਬਣ ਕੇ ਆਏ ਸੀ, ਜਾਂ ਸਰਪੰਚ ਬਣਨ ਤੋਂ ਪਹਿਲਾਂ ਤੁਸੀਂ ਸੋਚਿਆ ਸੀ ਕਿ ਮੈਂ ਆਪਣੇ ਪਿੰਡ ਦੇ ਕੁਛ ਜਿਹੜੇ ਅਧੂਰੇ ਵਿਕਾਸ ਸੀ, ਪਿਛਲੇ ਕੁਛ ਸਾਲਾਂ ਤੋਂ ਅਧੂਰਾ ਪਿਆ ਹੋਇਆ ਸੀ, ਉਹਦੇ ਵਾਸਤੇ ਕਰਾਂਗਾ, ਅਤੇ ਤੁਹਾਨੂੰ ਉਤਸ਼ਾਹ ਕਿੱਥੋਂ ਹੈ ਕਿ ਮੈਂ ਸਭ ਤੋਂ ਪਹਿਲਾਂ ਕੰਮ ਕਿਹੜਾ ਸ਼ੁਰੂ ਕਰਾਂਗਾ, ਤਾਂ ਕਿਹੜਾ ਮੈਨੂੰ ਆਹ ਜਿਹੜਾ ਬੁਰਾ ਲੱਗਦਾ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ? ਮਨ 'ਚ ਚਾਹ ਤਾਂ ਬੜੇ ਸੀ ਜੀ, ਪਰ ਸਭ ਤੋਂ ਪਹਿਲਾਂ ਮੈਂ ਚੰਡੀਗੜ੍ਹ ਵੀ 3-4 ਫੇਰੇ ਮਾਰ ਕੇ ਬਾਦਸ਼ਾਹ ਸਾਹਿਬ ਦੀ, ਚਲੋ ਉਹਨਾਂ ਦੀ ਮਿਹਰ ਆ, ਅਤੇ ਮੈਂ ਟੈਂਕੀ ਮਨਜ਼ੂਰ ਕਰਾਈ ਜੋ 50-55 ਲੱਖ ਦਾ ਪ੍ਰੋਜੈਕਟ ਸੀ, ਬਾਦਸ਼ਾਹ ਸਾਹਿਬ ਨੇ ਮੇਰੀ ਮੈਨੂੰ ਨਾਂਹ ਨਹੀਂ ਕੀਤੀ, ਅਤੇ ਮੇਰਾ ਉਹ ਵੀ ਕੰਮ ਸਿਰ ਚੜਿਆ। ਬਾਕੀ ਮੜੀਆਂ ਤੁਸੀਂ ਵੇਖ ਹੀ ਆਏ ਜੇ, ਬਿਲਕੁਲ ਜੀ ਬਿਲਕੁਲ, ਉਹਦਾ ਦੱਬ ਕੀ ਕਿਤੇ ਇੱਕ ਉੱਥੇ ਰਹਿਣ ਵਾਸਤੇ ਜਾਂ ਖਲੋਣ ਵਾਸਤੇ, ਬਾਦਸ਼ਾਹ 'ਚ ਬਹੁਤ ਤੰਗੀ ਸੀ ਜੀ। ਉਹ ਮੜੀਆਂ ਦੇ ਵੀ ਕੋਈ 16-17 ਲੱਖ ਰੁਪਇਆ ਆਪਾਂ ਲਾਇਆ ਵਾ, ਇੱਕ ਰੋਡ ਹੀ ਦੋਵਾਂ ਪਿੰਡਾਂ 'ਚ ਜੋੜਦਾ ਵਾ, ਅਸੀਂ ਬਾਡੀ ਰੇਜ ਬਣਾਇਆ ਜੀ। ਬਾਕੀ ਡੇਰੇ ਸਾਡੇ ਉਹ ਵੀ ਅਸੀਂ ਕੋਈ 16-17 ਲੱਖ ਨਾਲ ਪੱਕੇ ਕਰ ਦਿੱਤੇ ਨੇ। ਬਿਲਕੁਲ ਬਿਲਕੁਲ, ਸਾਡੇ ਠੱਠੀ ਆਪਣੇ ਮਹੱਲਾ ਸੀ ਇਹਨਾਂ ਦਾ, ਮਹੀਬੀਰ ਸਿੰਘਾਂ ਦਾ, ਅਤੇ ਉਹ ਵੀ ਸਾਰਾ ਇੰਟਰਲੋਕ ਲਾਤੀ ਆ। ਬਿਲਕੁਲ ਬਿਲਕੁਲ, ਇੱਕ ਅਸੀਂ ਡਿਮਾਂਡ ਰੱਖੀ ਬਾਦਸ਼ਾਹ ਤੋਂ ਆਪਣੇ ਸਬ ਸੈਂਟਰ ਡਿਸਪੈਂਸਰੀ ਦੀ, ਅਤੇ ਸ਼ਾਇਦ ਉਹ ਵੀ ਸਹੀ ਚੱਲ ਰਹੀ ਸਾਡੀ। ਆਓ ਆਪਾਂ ਹਰਭਜਨ ਕੌਰ ਜੀ ਨੂੰ, ਸਰਪੰਚ ਸਾਹਿਬ ਦੀ ਮਦਰ ਨੂੰ ਪੁੱਛਦੇ ਹਾਂ ਕਿ ਉਹ ਆਪਣੇ ਬੇਟੇ ਨੂੰ ਕੀ ਉਤਸ਼ਾਹਿਤ ਕਰਦੇ ਆ ਅਤੇ ਕੀ ਪ੍ਰੇਰਨਾ ਦਿੰਦੇ ਨੇ। ਹਾਂਜੀ ਹਾਂਜੀ, ਮੈਂ ਤੁਸੀਂ ਕਹਿੰਦੇ ਆਪਣੇ ਬੇਟੇ ਨੂੰ ਇਹੋ ਹੀ ਦਿੰਨੀ ਆ, ਇਹਨੂੰ ਬਾਹਰੋਂ ਵੀ ਮੈਂ ਫੋਨ ਇਹੋ ਹੀ ਕਰਦੀ ਆ ਵੀ ਬਲਜੀਤ, ਇਹ ਜਿਹੜਾ ਪਿੰਡ ਦਾ ਪਿਆ ਵਾ ਨਾ, ਇਹ ਇੱਕ ਇੱਕ ਬੱਚਾ ਵਾ, ਇੱਕ ਮੇਰੇ ਵੱਡੇ ਬੇਟੇ ਦਾ ਬੱਚਾ ਤੇ ਇੱਕ ਇਹਦਾ, ਤੇ ਇਹ ਘਰ ਦੇ ਵਿੱਚ ਕਿਤੇ 2 ਰੁਪਏ ਨਹੀਂ ਇਹਨਾਂ ਤੇ ਲਾਉਣੇ, ਫੀਸਾਂ ਇਹਨਾਂ ਦੇ ਸਾਰਾ ਖਰਚਾ ਅਸੀਂ ਆਪ ਕਰਨੇ ਆ। ਸਰਪੰਚ ਸਾਹਿਬ, ਜਿਵੇਂ ਕਿ ਤੁਸੀਂ ਸਾਨੂੰ ਹੋਰ ਵੀ ਕਾਫੀ ਆਪਣੇ ਪਿੰਡ ਦੇ ਵਿਕਾਸ ਬਾਰੇ ਜਾਣਕਾਰੀ ਦਿੱਤੀ, ਤੇ ਆਪਣੇ ਪਿੰਡ ਦੇ ਤੁਸੀਂ ਵਾਟਰ ਸਪਲਾਈ ਦਾ ਵੀ ਕਨੈਕਸ਼ਨ ਹਰ ਘਰ ਦੇ ਵਿੱਚ ਤੁਸੀਂ ਕਰਵਾ ਦਿੱਤਾ, ਹੋਰ ਆਪਣੇ ਪਿੰਡ ਦੇ ਤੁਸੀਂ ਕਿਹੜੇ ਕਿਹੜੇ ਇਹੋ ਜਿਹੇ ਕੰਮ ਅਧੂਰੇ ਆ ਜਿਹੜੇ ਤੁਸੀਂ ਸੋਚਿਆ ਕਿ ਉਹ ਵੀ ਪੂਰੇ ਹੋਣੇ ਚਾਹੀਦੇ ਆ? ਇੱਕ ਤੇ ਮੇਰਾ ਹੈਗਾ ਜੀ, ਸੱਪੜ ਦਾ ਜ਼ਿਆਦਾ ਸੀਵਰੇਜ ਦਾ ਪਾਣੀ ਹੈ ਜੀ। ਬਿਲਕੁਲ ਜੀ, ਉਹ ਬਹੁਤ ਪਿੰਡ ਨੂੰ ਸਮੱਸਿਆ, ਉਹਦਾ ਹੱਲ ਵਾਸਤੇ ਅਸੀਂ ਬਾਦਸ਼ਾਹ ਸਾਹਿਬ ਨੂੰ ਮਿਹਨਤ ਕੀਤੀ ਹੈ, ਸਾਡਾ ਉਹ ਵੀ ਸਿਰੇ ਚੜ੍ਹਦੇ। ਬਿਲਕੁਲ ਜੀ ਬਿਲਕੁਲ, ਬਾਕੀ ਸਾਡੇ ਇੱਕ ਗਰਾਊਂਡ ਵੀ ਮੰਗਿਆ, ਅਤੇ ਇੱਕ ਅਸੀਂ ਆਉਂਦੇ ਵਿੱਚ ਕੋਈ ਚਾਹੁੰਦੇ ਹਾਂ ਵੀ ਕੋਈ ਇੰਡਸਟਰੀ ਲੱਗ ਜੇ, ਕਿਉਂਕਿ ਸਾਡੇ ਕੋਲ ਪੰਚਾਇਤ ਦੀ ਜ਼ਮੀਨ ਹੈਗੀ ਆ। ਬਿਲਕੁਲ ਜੀ, ਉਹ ਅਸੀਂ ਦੇਣ ਨੂੰ ਬਿਲਕੁਲ ਤਿਆਰ ਹਾਂ। ਬਿਲਕੁਲ ਬਿਲਕੁਲ, ਚਲੋ ਇੰਡਸਟਰੀ ਲੱਗੂਗੀ, ਪਿੰਡ ਵਾਸੀਆਂ ਨੂੰ ਕੋਈ ਰੋਜ਼ਗਾਰ ਮਿਲੇਗਾ। ਹਾਂਜੀ, ਔਰ ਗਰੀਬਾਂ ਦੀ ਮਦਦ ਮੈਂ ਹਾਂ ਕਰਿਆ ਕਰ, ਅਤੇ ਇਹ ਵਾ ਵੀ ਹੁਣ ਬਹੁਤਾ ਵੀ ਨਾ ਆਪਣਾ ਘਰ ਖਵਾਲ ਲਈ। ਬਿਲਕੁਲ, ਅਤੇ ਸਰਪੰਚ ਸਾਹਿਬ, ਜਿਵੇਂ ਕਿ ਤੁਸੀਂ ਗਰੀਬ ਪਰਿਵਾਰਾਂ ਦੇ ਵਿੱਚ ਕਾਫੀ ਵਿਚਰਦੇ ਜੇ, ਗਰੀਬ ਪਰਿਵਾਰਾਂ ਨੂੰ ਤੁਸੀਂ ਉਹਨਾਂ ਨੂੰ ਹੈਲਪ ਵੀ ਕਰਦੇ ਜੇ, ਉਹਨਾਂ ਦੇ ਨਾਲ ਦੁੱਖ ਸੁੱਖ ਦੇ ਸ਼ਰੀਕ ਵੀ ਹੁੰਦੇ ਜੇ, ਤੁਸੀਂ ਆਪਣੇ ਟਰਮ ਦੇ ਵਿੱਚ ਹੁਣ ਤੱਕ ਉਹਨਾਂ ਨੂੰ ਕਿਹੜੀ ਕਿਹੜੀ ਸਹੂਲਤ ਦੇ ਚੁੱਕੇ ਜੇ ਕਿ ਸਰਕਾਰ ਕੋਲੋਂ ਲੈ ਕੇ? ਉਹਨਾਂ ਕੋਲ ਇਹ ਜੀ, ਮੈਂ ਕੋਈ 25-30 ਫਲੱਸ਼ਾਂ ਵੀ ਉਹਨਾਂ ਨੂੰ ਬਣਾ ਕੇ ਦੇ ਦਿੱਤੀਆਂ,
ਬਿਲਕੁਲ ਜੀ, ਫਿਰ ਬਾਕੀ ਉਹਨਾਂ ਦੇ ਆ ਜਿਹੜੇ ਸਮਾਰਟ ਕਾਰਡ ਉਹ ਵੀ ਆ, ਦੂਜੇ ਆ ਸਿਹਤ ਬੀਮਾ ਵਾਲੇ ਉਹ ਵੀ ਬਿਲਕੁਲ, ਅਤੇ ਜੇ ਦਾਲ ਕਣਕ ਲਿਆਈਦੀ ਆਟਾ ਲਿਆਈਦਾ ਉਹ ਵੀ ਉਹਨਾਂ ਨੂੰ ਕੋਈ ਚਾਰਜ ਨਹੀਂ ਲਈਦਾ, ਆਪਣੇ ਕਿਰਾਏ ਤੱਕ ਨਹੀਂ ਲਈਦਾ, ਆਪਣੇ ਕੋਲੋਂ ਦੇਈਦਾ ਸਰ। ਬਿਲਕੁਲ ਬਿਲਕੁਲ, ਅਤੇ ਵਿਆਹ ਸ਼ਾਦੀ ਕਿਸੇ ਜਾਈਦਾ ਉੱਥੇ ਖੁਦਾ ਆਪਾਂ ਨੇ ਕਿਉਂ ਦੇਈਦੇ। ਅਤੇ ਸਰਪੰਚ ਸਾਹਿਬ, ਜਿਵੇਂ ਕਿ ਆਪਣੇ ਪਿੰਡ ਦੇ ਵਿੱਚ ਗਰੀਬ ਪਰਿਵਾਰ ਹੋਣਗੇ, ਅਤੇ ਉਹਦੇ ਵਿੱਚ ਤੁਸੀਂ ਜਿਵੇਂ ਆਪਾਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣੇ ਪੈਨਸ਼ਨ, ਉਹ ਕਿੰਨੇ ਕੁ ਤੁਸੀਂ ਅੱਜ ਤੱਕ ਕਿੰਨੇ ਜੀਆਂ ਦੀ ਲਾ ਚੁੱਕੇ ਜੇ? ਉਹ ਜੀ 15 ਜੀਆਂ ਲਵਾਈ ਹੈ। 15 ਜੀਆਂ ਦੀ, ਅਤੇ ਬਾਕੀ ਹੋਰ ਕੋਈ ਹੈ ਨਹੀਂ ਸੀ ਕੋਈ ਇਹੋ ਜਿਹਾ ਪੈਨਸ਼ਨ ਦੇ ਯੋਗ? ਨਹੀਂ ਜੀ, ਉਹ ਮੈਂ ਦਿੱਤੇ ਆ ਜੀ, 22 ਕਾਰਡ ਦਿੱਤੇ, ਉਹਨਾਂ 'ਚ ਅਜੇ ਕੋਈ ਲੱਗੀ ਨਹੀਂ। ਠੀਕ ਹੈ। ਅਤੇ ਤੁਸੀਂ ਆਪਣੇ ਪਿੰਡ ਦੇ ਵਿੱਚ ਜਿਵੇਂ ਕਿ ਇੰਨੇ ਉਤਸ਼ਾਹ ਦੇ ਨਾਲ ਕੰਮ ਕਰਦੇ ਸੀ, ਤੁਹਾਨੂੰ ਵੇਖਿਆ ਕਿ ਤੁਸੀਂ ਲੇਬਰ ਵੀ ਕਰਦੇ ਜੇ ਨਾਲ, ਆਪਣੇ ਮਿਸਤਰੀਆਂ ਦੇ ਨਾਲ ਵੀ ਜਾਂ ਹੋਰ ਵੀ ਥਾਂ 'ਤੇ ਲੱਗੇ ਹੋ, ਦੇਖੋ ਤੇ ਕਈ ਆਮ ਬਾਲਟੇ ਫੜ ਕੇ ਵੀ ਨਾਲ ਕੰਮ ਕਰਨ ਡੇ ਹੁੰਦੇ ਜੇ, ਅਤੇ ਸਾਨੂੰ ਵੇਖ ਕੇ ਬਹੁਤ ਵਧੀਆ ਲੱਗਿਆ। ਅਤੇ ਤੁਸੀਂ ਆਹ ਸਾਰੀਆਂ ਚੀਜ਼ਾਂ ਇੱਕ ਸ਼ੌਕ ਨਾਲ ਕਰਦੇ ਜੇ ਕਿ ਜਾਂ ਮਜਬੂਰੀ ਨਾਲ? ਬਿਲਕੁਲ ਬਿਲਕੁਲ, ਕਿਉਂਕਿ ਫੈਮਿਲੀ ਸਾਰੀ ਅਮੈਰੀਕਾ ਦੇ ਵਿੱਚ ਆ, ਅਤੇ ਆਹ ਇੱਕ ਸ਼ੌਕ ਹੀ ਹੈ ਤੁਹਾਨੂੰ ਕਿ ਆਪਣੇ ਪਿੰਡ ਨੂੰ ਸੋਹਣਾ ਬਣਾਉਣ ਦਾ ਇੱਕ ਸ਼ੌਕ ਆ ਜੋ ਤੁਸੀਂ ਕਰਦੇ ਜੇ, ਕਿ ਆਪਣੇ ਸਰਪੰਚ ਬਣਨ ਤੋਂ ਬਾਅਦ ਆਪਣੇ ਸ਼ੌਕ ਨਾਲ ਕੰਮ ਕਰਦੇ ਜੇ? ਬਿਲਕੁਲ ਜੀ ਬਿਲਕੁਲ। ਬਾਕੀ ਇਹ ਜੀ ਇੱਕ ਸਾਨੂੰ ਲੈ ਗਿਆ ਜੀ, ਆਪਾਂ ਪਲਾਟ ਦੇਣੇ ਆ ਜਿਹੜੇ ਗਰੀਬ ਪਰਿਵਾਰ ਦੇ, ਬਿਲਕੁਲ 5-5 ਮਿੰਟ ਦਾ ਹੀ ਪਲਾਟ ਦੇਣਾ, ਉਹ ਸ਼ਾਇਦ ਉਹ ਅੱਜ 2-3 ਮਹੀਨੇ ਤੱਕ ਇਹ ਕੰਮ ਸਿਰੇ ਚੜ੍ਹਦੀ ਹੈ। ਬਿਲਕੁਲ ਬਿਲਕੁਲ। ਅਤੇ ਸਰਪੰਚ ਸਾਹਿਬ, ਤੁਸੀਂ ਸਾਡੇ ਕੈਮਰੇ ਦੇ ਰਾਹੀਂ, ਸਾਡੇ ਚੈਨਲ ਦੇ ਰਾਹੀਂ ਆਪਣੇ ਪਿੰਡ ਵਾਸੀਆਂ ਨੂੰ ਜਾਂ ਆਪਣੇ ਮੰਤਰੀ ਸਾਹਿਬ ਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੋ, ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਤਾਂ ਤੁਸੀਂ ਕਰ ਸਕਦੇ ਜੀ? ਨਹੀਂ ਜੀ, ਮੈਂ ਸੁਨੇਹਾ ਨਹੀਂ ਹੋਊ, ਮੈਂ ਤਾਂ ਸਿਆਣੇ ਨੇ, ਸਾਡੇ ਸੀਨੀਅਰ ਨੇ, ਵਧੀਆ ਇਨਸਾਨ ਨੇ, ਬਾਕੀ ਪਿੰਡ ਨੂੰ ਬੇਨਤੀ ਇਹ ਹੈ ਜੀ ਉਹ ਮੇਰਾ ਸਾਥ ਦੇਣ, ਪਿੰਡ ਸਾਡਾ ਬਹੁਤ ਜ਼ਿਆਦਾ ਸਫਾਈ ਵੱਲ ਧਿਆਨ ਦੇਣ, ਇਕੱਲਾ ਉਹ ਸਰਕਾਰਾਂ ਸਿਰ ਜਾਂ ਪੰਚਾਇਤ ਦੇ ਸਿਰ ਹੀ ਨਾ ਆਪਣੇ ਆਣ ਵੀ ਕੋਈ ਪਿੰਡ ਵੀ ਸਾਥ ਦੇ। ਬਿਲਕੁਲ ਜੀ ਬਿਲਕੁਲ, ਇਹ ਨਹੀਂ ਵੀ ਘਰੋਂ ਕੂੜਾ ਚੁੱਕ ਕੇ ਸਾਰਾ ਬਾਹਰ ਢੇਰ ਲਾ ਦਿੰਦੇ, ਜੇ ਮੈਂ ਸਫਾਈ ਕਰਾਂ ਜੇ ਚਾਣ ਕੇ ਉਹ ਵੀ ਸਾਥ ਦੇਵੇ ਪਿੰਡ ਅਤੇ ਫਿਰ ਨੂੰ ਸੁਰਗ ਬਣਾਈਏ। ਬਿਲਕੁਲ ਜੀ ਬਿਲਕੁਲ। ਇਹ ਸੀ ਸਾਡੇ ਨਾਲ ਸਰਪੰਚ ਬਲਜੀਤ ਸਿੰਘ ਜੀ, ਜੋ ਕਿ ਪਿੰਡ ਫੈਜ਼ਲਾਬਾਦ, ਹਲਕਾ ਫਤਿਹਗੜ੍ਹ ਚੂੜੀਆਂ, ਬਲਾਕ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੇ। ਉਹਨਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਆਪਣੇ ਪਿੰਡ ਦਾ ਕੀਤਾ ਹੋਇਆ ਵਿਕਾਸ ਅਤੇ ਵਿਕਾਸ ਦੇ ਨਾਲ ਆਪ ਖੁਦ ਲੱਗ ਕੇ ਜੋ ਲੇਬਰ ਕਰਦੇ ਨੇ ਅਤੇ ਹਰ ਕੰਮ ਆਪ ਨਾਲ ਕਰਾਉਂਦੇ ਨੇ ਕੋਲ ਖੜ ਕੇ, ਉਹਨਾਂ ਦੇ ਮਦਰ, ਫਾਦਰ, ਸਿਸਟਰ, ਪੂਰੀ ਫੈਮਿਲੀ ਹੀ ਅਮੈਰੀਕਾ ਵਿੱਚ ਸੈਟਲ ਹੈ, ਜੋ ਕਿ ਆਪਣੇ ਫੈਮਿਲੀ ਨੂੰ ਛੱਡ ਕੇ ਆਪਣੇ ਸਿਰਫ ਪਿੰਡ ਦੀ ਸੇਵਾ ਕਰਦੇ ਨੇ, ਆਪਣੇ ਪਿੰਡ ਨੂੰ ਆਪਣਾ ਪਰਿਵਾਰ ਅਤੇ ਘਰ ਸਮਝ ਕੇ ਉਹਨਾਂ ਦੇ ਵਿੱਚ ਵਿਚਰਦੇ ਨੇ, ਗਰੀਬ ਪਰਿਵਾਰਾਂ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਉਹ ਡੀਲ ਕਰਦੇ ਨੇ ਅਤੇ ਜੇ ਉਹ ਉਹਨਾਂ ਦੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਮੁਸ਼ਕਲਾਂ ਨੂੰ ਸਮਝ ਕੇ ਉਹਨਾਂ ਮੁਸ਼ਕਲਾਂ ਨੂੰ ਦੂਰ ਵੀ ਕਰਦੇ ਨੇ। ਸਰਪੰਚ ਸਾਹਿਬ ਨੇ ਆਪਣੇ ਪਿੰਡ ਨੂੰ ਕਦੀ ਵੀ ਇੱਕ ਪੰਚਾਇਤ ਦੀ ਨਜ਼ਰ ਨਾਲ ਨਹੀਂ ਦੇਖਿਆ, ਉਹਨਾਂ ਵਿੱਚ ਪਾਰਟੀਬਾਜ਼ੀ ਤੋਂ ਅਲੱਗ ਉੱਠ ਕੇ ਇੱਕ ਜਾਤ ਪਾਤ ਨੂੰ ਦੂਰ ਕਰਕੇ ਊਚ ਨੀਚ ਨੂੰ ਛੱਡ ਕੇ ਪਿੰਡ ਵਿੱਚ ਵਿਚਰਦੇ ਨੇ, ਜੋ ਕਿ ਸਰਪੰਚ ਸਾਹਿਬ ਆਪਣੇ ਪਿੰਡ ਨੂੰ ਆਪਣਾ ਘਰ ਅਤੇ ਪਰਿਵਾਰ ਸਮਝ ਕੇ ਉਹਨਾਂ 'ਚ ਜਿਵੇਂ ਵਿਚਰਦੇ ਨੇ, ਉਹ ਆਪਣੇ ਆਪ ਨੂੰ ਸਰਪੰਚ ਬਣ ਕੇ ਕਹਿੰਦੇ ਕਿ ਮੈਂ ਇੱਕ ਸੇਵਾਦਾਰ ਹਾਂ, ਮੈਂ ਸਰਪੰਚ ਨਹੀਂ, ਪਿੰਡ ਦਾ ਚੌਕੀਦਾਰ ਹਾਂ, ਮੈਂ ਸੇਵਾ ਕਰਨ ਵਾਸਤੇ ਬਣਿਆ, ਮੈਂ ਪਿੰਡ ਦਾ ਵਿਕਾਸ ਕਰਾਉਣ ਵਾਸਤੇ ਬਣਿਆ। ਬਹੁਤ ਹੀ ਵਧੀਆ ਸਾਨੂੰ ਸਰਪੰਚ ਸਾਹਿਬ ਦੀ ਸੋਚ ਲੱਗੀ, ਉਹਨਾਂ ਦੀ ਮਦਰ ਦੀ ਸਾਨੂੰ ਜੋ ਵੀ ਆਪਾਂ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਅਸੀਂ ਆਪਣੇ ਬੇਟੇ ਨੂੰ ਬਹੁਤ ਪ੍ਰੇਰਿਤ ਕਰਦੇ ਹਾਂ ਕਿ ਪਿੰਡ ਦਾ ਪੈਸਾ ਪਿੰਡ ਦੇ ਵਿੱਚ ਹੀ ਲੱਗਣਾ ਚਾਹੀਦਾ, ਬਲਕਿ ਘਰ ਦੇ ਵਿੱਚ ਉਹਦੇ ਵਿੱਚੋਂ ਕੋਈ ਵੀ ਪੈਸਾ ਨਹੀਂ ਆਉਣਾ ਚਾਹੀਦਾ, ਘਰੋਂ ਜਾ ਕੇ ਸਰਪੰਚ ਸਾਹਿਬ ਆਪਣੇ ਕੋਲੋਂ ਵੀ ਪੈਸਾ ਪਿੰਡ 'ਚ ਲਾ ਕੇ ਅਤੇ ਪਿੰਡ ਦਾ ਵਿਕਾਸ ਕਰਦੇ ਨੇ। ਸਾਨੂੰ ਇਹੋ ਜਿਹੇ ਸਰਪੰਚਾਂ 'ਤੇ ਮਾਣ ਆ, ਹਰ ਪਿੰਡ 'ਚ ਇਵੇਂ ਦੇ ਸਰਪੰਚ, ਇਵੇਂ ਦੇ ਨਾਲ ਮਾਂ ਪਿਓ ਉਹਨਾਂ ਨੂੰ ਉਤਸ਼ਾਹਿਤ ਕਰਨ, ਅਤੇ ਕੋਈ ਪਿੰਡ ਇਹੋ ਜਿਹਾ ਨਹੀਂ ਕਿ ਜਿਹੜਾ ਵਿਕਾਸ ਪੱਖੋਂ ਅਧੂਰਾ ਰਹਿ ਜੇ, ਹਰ ਪਿੰਡ ਦੇ ਵਿੱਚ ਵਿਕਾਸ ਪੂਰਾ ਹੋ ਸਕਦਾ ਅਤੇ ਹਰ ਪਿੰਡ ਦਿਨ ਦੁੱਗਣੀ ਅਤੇ ਰਾਤ ਚੌਗਣੀ ਵਿਕਾਸ ਹੋ ਜਾਓ, ਤਰੱਕੀ ਕਰ ਸਕਦਾ ਵਾ। ਅਸੀਂ ਸਰਪੰਚ ਸਾਹਿਬ ਨੂੰ ਸਲੂਟ ਕਰਦੇ ਹਾਂ, ਮਾਣ ਆ ਸਾਨੂੰ ਸਰਪੰਚ ਸਾਹਿਬ 'ਤੇ ਕਿ ਜੋ ਵੀ ਉਹਨਾਂ ਆਪਣੇ ਪਿੰਡ ਦੇ ਵਿੱਚ ਕੀਤਾ ਬਹੁਤ ਹੀ ਵਧੀਆ ਕੀਤਾ।
ਉਹਨਾਂ ਨੇ ਆਪਣੇ ਪਿੰਡ ਵਿੱਚ ਰਹਿੰਦੇ ਹੋਏ ਵਿਕਾਸ ਨੂੰ ਵੀ ਕਹਿੰਦੇ ਕਿ ਮੈਂ ਬਹੁਤ ਜਲਦੀ ਪੂਰਾ ਕਰ ਲਵਾਂਗਾ, ਕਿਉਂਕਿ ਉਹਨਾਂ ਦਾ ਇੱਕ ਏਮ ਹੈ, ਇੱਕ ਉਹਨਾਂ ਦਾ ਇੱਕ ਸੁਪਨਾ ਵਾ ਕਿ ਆਪਣੇ ਪਿੰਡ ਨੂੰ ਸੋਹਣਾ ਪਿੰਡ ਬਣਾਉਣ ਵਾਲੀ ਉਹ ਦਿਨ ਰਾਤ ਮਿਹਨਤ ਕਰਦੇ ਨੇ। ਇੰਨਾ ਕੁਛ ਕਹਿੰਦਾ ਹੋਇਆ ਮੈਂ ਰਿਪੋਰਟਰ ਜਸਬੀਰ ਸਿੰਘ।